ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ। 1984 ਦਾ ਕਾਲਾ ਦੌਰ ਜਦੋਂ 365 ਸਿੰਘਾਂ ਨੂੰ ਜੋਧਪੁਰ ਜੇਲ੍ਹ ਵਿੱਚ ਬਿਨਾਂ ਕਿਸੇ ਕਸੂਰ ਤੋਂ ਨਜ਼ਰ ਬੰਦ ਕੀਤਾ ਗਿਆ, ਜਿਨ੍ਹਾਂ ਵਿੱਚੋਂ ਅੱਜ ਵੀ 325 ਸਿੰਘ ਸਰਕਾਰਾਂ ਨੂੰ ਲਗਾ ਰਹੇ ਨੇ ਇਨਸਾਫ ਦੀ ਗੁਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਪਿਆਰਿਓ, ਤੁਸੀਂ ਸਭ ਖੂਬੀ ਜਾਣਦੇ ਹੋ ਕਿ ਜੋਧਪੁਰ ਜੇਲ੍ਹ ਦੇ ਵਿੱਚ ਜਿਹੜਾ 365 ਸਿੰਘਾਂ ਨੂੰ 1984 ਦੇ ਵਿੱਚ ਨਜ਼ਰਬੰਦ ਕੀਤਾ ਗਿਆ ਸੀ, ਉਹਨਾਂ ਦੇ ਮੁੜ ਵਸੇਵੇਂ ਵਾਸਤੇ ਮੁੜ ਵਸੇਵਾ ਕਮੇਟੀ ਵੱਲੋਂ ਕੁਝ ਉਪਰਾਲੇ ਕੀਤੇ ਗਏ ਸਨ, ਜਿਸ ਦੇ ਵਿੱਚ ਇਹ ਕਿਹਾ ਗਿਆ ਸੀ ਕਿ 11-11 ਲੱਖ ਰੁਪਇਆ ਉਹਨਾਂ ਸਿੰਘਾਂ ਨੂੰ ਦਿੱਤਾ ਜਾਵੇਗਾ ਜਿਹਨਾਂ ਨੂੰ ਬਿਨਾਂ ਕਿਸੇ ਕਸੂਰ ਤੋਂ ਜੋਧਪੁਰ ਜੇਲ੍ਹ ਵਿੱਚ ਨਜ਼ਰਬੰਦ ਕੀਤਾ ਗਿਆ। ਅੱਜ ਮੋਗਾ ਵਿਖੇ ਇੱਕ ਮੀਟਿੰਗ ਕੀਤੀ ਗਈ ਅਤੇ ਹਲਕਾ ਮੋਗਾ ਦੇ ਵਿਧਾਇਕ ਡਾਕਟਰ ਹਰਜੋਤ ਕਮਲ ਅਤੇ ਹਲਕਾ ਬਾਘਾ ਪੁਰਾਣਾ ਦੇ ਵਿਧਾਇਕ ਦਰਸ਼ਨ ਸਿੰਘ ਬਰਾੜ ਨੇ ਜ਼ਿਲ੍ਹੇ ਦੇ DC ਸਾਹਿਬ ਨੂੰ ਆਪਣੀਆਂ ਮੰਗਾਂ ਸੰਬੰਧੀ ਇੱਕ ਮੰਗ ਪੱਤਰ ਦਿੱਤਾ, ਜਿਸ ਵਿੱਚ ਉਹਨਾਂ ਮੰਗ ਕੀਤੀ ਕਿ ਜੋ 40 ਸਿੰਘਾਂ ਨੂੰ ਕੈਪਟਨ ਸਰਕਾਰ ਵੱਲੋਂ 11-11 ਲੱਖ ਰੁਪਏ ਦੀ ਮਾਲੀ ਮਦਦ ਦਿੱਤੀ ਗਈ ਹੈ, ਉਹ ਬਾਕੀ 325 ਜੋਧਪੁਰੀ ਸਿੰਘਾਂ ਨੂੰ ਵੀ ਦਿੱਤੀ ਜਾਵੇ, ਜੋ ਕਿ ਕੈਪਟਨ ਸਾਹਿਬ ਨੇ ਸਾਡੇ ਨਾਲ ਵਾਅਦਾ ਕੀਤਾ ਸੀ। ਇਸ ਮੌਕੇ ਸਾਡੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਹੋਇਆਂ ਜੋਧਪੁਰ ਮੁੜ ਸੇਵਾ ਕਮੇਟੀ ਦੇ ਮੋਗਾ ਪ੍ਰਧਾਨ ਮੱਗਰ ਸਿੰਘ ਨੇ ਦੱਸਿਆ ਕਿ ਸਾਨੂੰ June 1984 ਸਮੇਂ 365 ਸਿੰਘਾਂ ਨੂੰ ਜੋਧਪੁਰ ਜੇਲ੍ਹ ਵਿੱਚ ਬਿਨਾਂ ਕਿਸੇ ਕਸੂਰ ਤੋਂ ਨਜ਼ਰਬੰਦ ਕੀਤਾ ਗਿਆ ਸੀ ਅਤੇ 5 ਸਾਲਾਂ ਬਾਅਦ ਕੋਰਟ ਨੇ ਸਾਨੂੰ ਬਾਇੱਜ਼ਤ ਬਰੀ ਕੀਤਾ ਸੀ ਅਤੇ ਸਰਕਾਰ ਨੂੰ ਹੁਕਮ ਦਿੱਤੇ ਸਨ ਕਿ ਇਹਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ, ਪਰ ਇਹਨਾਂ ਹੁਕਮਾਂ ਤੋਂ ਬਾਅਦ ਸਾਡੇ ਨਾਲ ਦੇ ਸਿਰਫ 40 ਸਿੰਘਾਂ ਨੂੰ ਹੀ ਸਰਕਾਰ ਵੱਲੋਂ 11-11 ਲੱਖ ਰੁਪਏ ਦਾ ਮੁਆਵਜ਼ਾ ਦਿੱਤਾ ਗਿਆ, ਜਦਕਿ 325 ਸਿੰਘਾਂ ਨੂੰ ਹਲੇ ਤੱਕ ਕੋਈ ਵੀ ਮੁਆਵਜ਼ਾ ਨਹੀਂ ਮਿਲਿਆ। ਉਹਨਾਂ ਸਰਕਾਰ ਤੋਂ ਮੰਗ ਕੀਤੀ ਕਿ ਬਾਕੀ ਰਹਿੰਦੇ ਸਿੰਘਾਂ ਨੂੰ ਵੀ ਜਲਦ ਤੋਂ ਜਲਦ ਮੁਆਵਜ਼ਾ ਦਿੱਤਾ ਜਾਵੇ ਤਾਂ ਜੋ ਉਹ ਆਪਣੀ ਰਹਿੰਦੀ ਜ਼ਿੰਦਗੀ ਵਧੀਆ ਢੰਗ ਦੇ ਨਾਲ ਬਤੀਤ ਕਰ ਸਕਣ। ਜੋਧਪੁਰ ਜੇਲ੍ਹ 'ਚ 5-5 ਸਾਲ ਵਾਸਤੇ ਬਗੈਰ ਕਸੂਰੋਂ ਨਜ਼ਰਬੰਦ ਰੱਖਿਆ ਗਿਆ, ਜਿਸ ਦਾ ਸਾਡਾ ਕੋਈ ਉਹ ਕਸੂਰ ਨਹੀਂ ਸੀਗੀ। ਗੌਰਮੈਂਟ ਨੇ ਬਿਨਾਂ ਕਸੂਰੋਂ ਸਾਨੂੰ ਨਜਾਇਜ਼ ਰੱਖਣ ਕਰਕੇ ਬਾਇੱਜ਼ਤ ਬਰੀ ਸਾਨੂੰ ਕੀਤਾ ਸੀਗਾ। ਉਸ ਦਾ ਮੁਆਵਜ਼ਾ ਸਾਨੂੰ ਕੋਰਟ ਨੇ ਗੌਰਮੈਂਟ ਨੂੰ ਪਾਇਆ ਹੈ, ਜਿਹੜਾ ਸਾਨੂੰ ਦੇਣ ਦਾ ਹੱਕ ਬਣਦਾ। 5-5 ਸਾਲ ਸਾਨੂੰ ਰੱਖਿਆ, ਇਸ ਕਰਕੇ ਅਸੀਂ ਗੌਰਮੈਂਟ ਨੂੰ ਅਪੀਲ ਕਰਦੇ ਹਾਂ, ਸਿੱਧੀ ਤੋਂ ਸਿੱਧੀ ਸਾਡਾ ਜਿਹੜਾ ਹੱਕ ਬਣਦਾ ਉਹ ਦਿੱਤਾ ਜਾਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਮੱਗਰ ਸਿੰਘ ਮੋਗਾ ਤੋਂ ਬੋਲ ਰਿਹਾ ਹਾਂ। ਅੱਜ ਅਸੀਂ ਹਲਕੇ ਦੇ MLA ਬਾਘਾ ਪੁਰਾਣਾ, ਹਲਕਾ ਮੋਗਾ ਦੇ MLA ਨੂੰ ਮਿਲੇ, ਜਿਨ੍ਹਾਂ ਨੂੰ ਅਸੀਂ ਆਪਣਾ ਜੋਧਪੁਰ ਜ਼ਿਲ੍ਹਾ ਵਾਲਿਆਂ ਦਾ ਮੈਮੋਰੈਂਡਮ ਦਿੱਤਾ ਮੰਗ ਪੱਤਰ, ਜਿਹਦੇ ਵਿੱਚ ਅਸੀਂ ਮੰਗ ਕੀਤੀ ਹੈ ਕਿ ਜਿਹੜਾ ਸੈਸ਼ਨ ਕੋਰਟ ਨੇ 40 ਸਿੰਘਾਂ ਨੂੰ ਮੁਆਵਜ਼ੇ ਦੀ ਰਾਸ਼ੀ ਪਾਈ ਹੈ ਗੌਰਮੈਂਟ ਨੂੰ, ਉਹ ਉਹਨਾਂ ਨੂੰ ਮਿਲ ਚੁੱਕੀ ਹੈ। ਬਾਕੀ 325 ਸਿੰਘ ਜਿਹੜੇ ਰਹਿੰਦੇ ਆ ਉਹਨਾਂ ਨੂੰ ਕੈਪਟਨ ਸਰਕਾਰ ਨੇ ਜਦੋਂ 40 ਸਿੰਘਾਂ ਨੂੰ ਮੁਆਵਜ਼ਾ ਦਿੱਤਾ ਸੀ, ਉਹਨਾਂ ਨਾਲ ਵਾਅਦਾ ਕੀਤਾ ਸੀ ਉਸ ਟਾਈਮ ਵੀ ਮੈਂ ਇਹਨਾਂ ਨੂੰ ਵੀ ਉਸ ਤਰਜ਼ 'ਤੇ ਮੁਆਵਜ਼ਾ ਦੇਊਂਗਾ, ਪਰ ਹਜੇ ਤਾਈਂ ਸਾਨੂੰ 10 ਮਹੀਨੇ ਹੋ ਚੱਲੇ ਆ, ਕੋਈ ਮੁਆਵਜ਼ੇ ਦੀ ਰਾਸ਼ ਨਹੀਂ ਦਿੱਤੀ ਗਈ। ਅਸੀਂ ਹਲਕਾ ਦੇ MLA ਨੂੰ ਅਤੇ DC ਸਾਹਿਬ ਨੂੰ ਅੱਜ ਮੰਗ ਪੱਤਰ ਦੇ ਕੇ ਕੈਪਟਨ ਸਾਹਿਬ ਨੂੰ ਯਾਦ ਕਰਾਉਣੇ ਆ ਕਿ ਸਾਨੂੰ ਵੀ ਸਿਟੀ ਤੋਂ ਸਿਟੀ ਮੁਆਵਜ਼ੇ ਦੀ ਰਾਸ਼ੀ ਦੇ ਕੇ ਆਪਦਾ ਧੰਨਵਾਦੀ ਬਣਾਇਆ ਜਾਵੇ। ਅਸੀਂ ਬਹੁਤ ਜ਼ੋਰ ਅਪੀਲ ਕਰਦੇ ਹਾਂ ਕਿ ਸਾਨੂੰ ਮੁਆਵਜ਼ੇ ਦੀ ਰਾਸ਼ੀ ਦੇ ਕੇ
ਛੇਤੀ ਤੋਂ ਛੇਤੀ ਧੰਨਵਾਦੀ ਬਣਾਇਆ ਜਾਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਮੋਗਾ ਜ਼ਿਲ੍ਹੇ ਦੇ ਜੋਧਪੁਰ ਜ਼ਿਲ੍ਹੇ ਦੇ ਕਈ ਇਕੱਠੇ ਹੋਏ ਹਾਂ। ਅਸੀਂ ਸਾਰੇ ਕੈਪਟਨ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਜਿਹੜੇ 40 ਸਿੰਘਾਂ ਨੂੰ ਮੁਆਵਜ਼ਾ ਦਿੱਤਾ ਗਿਆ 11-11 ਲੱਖ ਰੁਪਈਆ, ਜਿਹੜੇ 332 ਸਿੰਘ ਰਹਿੰਦੇ ਆ ਉਹਨਾਂ ਨੂੰ ਵੀ ਮੁਆਵਜ਼ਾ ਉਹ 40 ਸਿੰਘਾਂ ਦੇ ਆਧਾਰ 'ਤੇ ਦਿੱਤਾ ਜਾਵੇ। ਕਿਉਂਕਿ ਕੈਪਟਨ ਸਰਕਾਰ ਨੇ ਸਾਡੇ ਨਾਲ ਵਾਅਦਾ ਕੀਤਾ ਸੀਗਾ ਕਿ ਹਾਂ ਜਿਹੜੇ 325 ਆ ਉਹ ਵੀ ਮੁਆਵਜ਼ੇ ਦੇ ਹੱਕਦਾਰ ਆ। ਅਸੀਂ ਦੁਬਾਰਾ ਪੀੜ੍ਹੇ ਨੂੰ ਅਪੀਲ ਕਰਦੇ ਹਾਂ ਕਿ ਸਾਨੂੰ ਛੇਤੀ ਤੋਂ ਛੇਤੀ ਉਹ ਮੁਆਵਜ਼ੇ ਦੀ ਰਾਸ਼ੀ ਦਿੱਤੀ ਜਾਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੇ, 1984 ਦਾ ਕਾਲਾ ਦੌਰ ਕੋਈ ਨਹੀਂ ਭੁੱਲ ਸਕਦਾ। ਪਤਾ ਨਹੀਂ ਕਿੰਨੀਆਂ ਹੀ ਮਾਵਾਂ ਦੇ ਬੇਕਸੂਰੇ ਪੁੱਤ ਉਸ ਦੌਰ ਦੇ ਵਿੱਚ ਮਾਰੇ ਗਏ। ਪਤਾ ਨਹੀਂ ਕਿੰਨੀਆਂ ਹੀ ਸਿੰਘਾਂ ਨੇ ਬੇਕਸੂਰ ਹੁੰਦਿਆਂ ਹੋਇਆਂ ਸਜ਼ਾਵਾਂ ਭੋਗੀਆਂ, ਪਰ ਸਰਕਾਰਾਂ ਸਿਰਫ ਤੇ ਸਿਰਫ ਝੂਠੇ ਵਾਅਦੇ ਤੇ ਦਾਅਵੇ ਕਰਦੀਆਂ ਅੱਜ ਤੱਕ ਨਜ਼ਰ ਆਈਆਂ ਨੇ। ਕਿਸੇ ਨੂੰ ਕਦੇ ਇਨਸਾਫ ਨਹੀਂ ਮਿਲਿਆ। ਜੇ 35 ਸਾਲਾਂ ਬਾਅਦ ਇਨਸਾਫ ਮਿਲਿਆ ਵੀ ਹੈ ਤਾਂ 1984 ਵਿੱਚ ਹੋਏ ਕਤਲੇਆਮ ਦੇ ਇੱਕ ਬੁੱਚੜ ਨੂੰ ਹੀ ਸਲਾਖਾਂ ਦੇ ਪਿੱਛੇ ਕੀਤਾ ਗਿਆ ਹੈ, ਜਦਕਿ ਹੋਰ ਵੀ ਅਜੇ ਬਹੁਤ ਸਾਰੇ ਅਜਿਹੇ ਨੇ ਜੋ ਕਸੂਰਵਾਰ ਨੇ ਤੇ ਅੱਜ ਵੀ ਆਜ਼ਾਦ ਘੁੰਮ ਰਹੇ ਨੇ। ਪਰ ਸਰਕਾਰਾਂ ਨੂੰ ਚਾਹੀਦਾ ਹੈ ਜਿਹੜੇ ਸਿੰਘ ਬੇਕਸੂਰੇ ਸਨ, ਜਿਨ੍ਹਾਂ ਨੂੰ ਬਿਨਾਂ ਮਤਲਬ ਤੋਂ ਜੇਲ੍ਹਾਂ ਦੇ ਵਿੱਚ ਡੱਕਿਆ ਗਿਆ, ਘੱਟੋ ਘੱਟ ਉਹਨਾਂ ਦੀ ਸਾਰਤਾ ਲਿੱਤੀ ਜਾਵੇ, ਘੱਟੋ ਘੱਟ ਉਹਨਾਂ ਦੇ ਨਾਲ ਇਨਸਾਫ ਤਾਂ ਕੀਤਾ ਜਾਵੇ, ਜਦਕਿ ਕੋਰਟ ਨੇ ਵੀ ਮੰਨ ਲਿਆ ਹੈ, ਬਾ ਇੱਜ਼ਤ ਉਹਨਾਂ ਨੂੰ ਪਰੀ ਕਰ ਦਿੱਤਾ ਹੈ ਅਤੇ ਹਦਾਇਤਾਂ ਦਿੱਤੀਆਂ ਨੇ ਕਿ ਇਹਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ, ਤਾਂ ਸਰਕਾਰਾਂ ਨੂੰ ਚਾਹੀਦਾ ਹੈ ਕਿ ਸਭ ਤੋਂ ਪਹਿਲਾਂ ਅਜਿਹੇ ਸਿੰਘਾਂ ਦੇ ਮੁੜ ਵਸੇਵੇ ਵਾਸਤੇ ਮੁਆਵਜ਼ੇ ਦਾ ਪ੍ਰਬੰਧ ਕਰ, ਇਹਨਾਂ ਨੂੰ ਮੁਆਵਜ਼ੇ ਦਿੱਤੇ ਜਾਣ, ਤਾਂ ਜੋ ਜਿਹੜੇ ਸਿੰਘਾਂ ਨੇ ਬਿਨਾਂ ਮਤਲਬ ਤੋਂ ਬਿਨਾਂ ਕਿਸੇ ਕਸੂਰ ਤੋਂ 5 ਸਾਲ ਜੇਲ੍ਹ ਦੀਆਂ ਸਲਾਖਾਂ ਦੇ ਪਿੱਛੇ ਕੱਟੇ ਨੇ, ਉਹ ਹੁਣ ਬੁੜੇਪੇ ਦੇ ਵਿੱਚ ਆਪਣੀ ਜ਼ਿੰਦਗੀ ਸੁੱਖ ਨਾਲ ਬਤੀਤ ਕਰ ਸਕਣ। ਤੁਸੀਂ ਸਭ ਇਸ ਮਸਲੇ ਉੱਤੇ ਕੀ ਸੋਚਦੇ ਹੋ? ਆਪਣੇ ਵਿਚਾਰ ਨੀਚੇ ਕਮੈਂਟਸ ਦੇ ਵਿੱਚ ਜ਼ਰੂਰ ਦੇਣਾ। ਵੀਡੀਓ ਚੰਗੀ ਲੱਗੀ ਹੋਵੇ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਨਾ, ਤਾਂ ਜੋ ਸਰਕਾਰ ਦੇ ਕੰਨਾਂ ਤੱਕ ਇਹ ਆਵਾਜ਼ ਪਹੁੰਚ ਸਕੇ। ਗੁਰਬਾਣੀ ਅਖੰਡ ਬਾਣੀ ਵਾਸਤੇ ਮੋਗਾ ਤੋਂ ਜੋਗਿੰਦਰ ਸਿੰਘ ਗਿੱਲ ਦੀ ਰਿਪੋਰਟ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ, ਅਤੇ ਨੋਟੀਫਿਕੇਸ਼ਨ ਵਾਸਤੇ ਬੈਲ ਨੂੰ ਰਿੰਗ ਕਰੋ।